अस्सलाम वालेकुम व्यूअर्स, उम्मीद है सब खैरियत से होंगे। तो आज हम आए हैं इधर है मियां गावा फार्मिंग। तो हमारे अजीज़ हैं, उन्होंने अमरूद का जो है वो प्लांटेशन किया है, यहाँ पे बाग लगाया हुआ है तकरीबन। तो उनसे मिलते हैं और रहनुमाई लेते हैं कि ये किस तरह का बिज़नेस है। लेट्स सी। ये जी उस्मान भाई हैं, तो ये इनका ये देख सकते हैं पीछे बाग है। तो अभी इसके बारे में हम सारी इंफॉर्मेशन इनसे लेंगे और रابطہ नंबर भी लेंगे। तो अगर किसी को किसी तरह की भी इंफॉर्मेशन चाहिए होगी तो वो उस नंबर पे रابطہ कर सकता है। तकरीबन किन्ना टाइम लगता है तैयार एक साल बाद जरा ना ये फल देन लग पा। हाँ जी जी, तो एक साल बाद तकरीबन इन फ्रूट जरा लगना शुरू हो जाता है। अच्छा जी, तो किन्नी दूसरा रो टू रो ए कि डिस्टेंस है ते प्लांट टू प्लांट? प्लांट टू प्लांट जरा है 4 फुट आ, अपना रो टू रो जरा 8 फुट आ। तकरीबन 1 एकड़ 1400 पौधा जरा ना लगा लगता है। अच्छा जी, 1400 जो होता है ना जी प्लांट 1 एकड़ में। बहुत जरूरी है। ਪਰੂਨਿੰਗ ਤੋਂ ਬਿਨਾਂ ਜਿਹੜਾ ਆ ਪੌਦਾ ਫਲ ਜਿਹੜਾ ਆ ਉਹ ਬਹੁਤ ਘੱਟ ਲੈਂਦਾ ਆ। ਅਤੇ ਪਰੂਨਿੰਗ ਸਾਲ ਦੇ ਵਿੱਚ ਇਹਦੀ 2 ਦਫਾ ਇਹਦੀ ਪਰੂਨਿੰਗ ਹੁੰਦੀ ਆ। ਸਹੀ, ਯਾਨੀ ਕਿ ਜਦੋਂ ਬਹਾਰ ਦਾ ਮੌਸਮ ਆਉਂਦਾ ਉਦੋਂ ਇਹਦੀ ਪਰੂਨਿੰਗ ਜਿਹੜੀ ਹੁੰਦੀ ਆ, ਇਹਦੀ ਜਦੋਂ ਫਲ ਖਤਮ ਹੋ ਜਾਂਦਾ ਸਹੀ ਉਦੋਂ ਇਹਦੀ ਪਰੂਨਿੰਗ ਹੁੰਦੀ ਆ ਇਹਦੀ। ਅਤੇ ਤਕਰੀਬਨ ਇਹ ਸਾਰਾ ਸਾਲ ਦਿੰਦਾ ਫਰੂਟ ਜਾਂ ਵਿੱਚ ਹੁੰਦੇ? ਨਹੀਂ ਨਹੀਂ, ਇਹ ਸਾਰਾ ਸਾਲ ਇਹ ਆਪਣਾ ਫਰੂਟ ਦਿੰਦਾ ਆ, ਅਤੇ 2 ਮਹੀਨੇ ਜਿਹੜਾ ਨਾ ਜੀ ਇਹ ਆਪਣਾ ਨਹੀਂ ਦਿੰਦਾ, ਸਾਰਾ ਸਾਲ ਹੀ ਇਹਨੂੰ ਫਰੂਟ ਲੱਗਦਾ ਹੈ। ਪਰੂਨਿੰਗ ਦਾ ਇਹੀ ਆ ਕਿ ਛੋਟਾ ਰਹੇਗਾ ਹਾਈਟ ਦੇ ਵਿੱਚ ਤਾਂ, ਲੇਕਿਨ ਇਹਨੂੰ ਹਵਾ ਪਾਣੀ ਇਹਨੂੰ ਬਿਲਕੁਲ ਐ ਜਿਹੜਾ ਬੇਹਤਰੀਨ ਇਹਨੂੰ ਪੈਂਦਾ ਰਹੂਗਾ। ਭਾਈ ਤੇ ਦੂਸਰਾ ਇਹਨੂੰ ਦੂਸਰਾ ਪਾਣੀ ਕਿੰਨੀ ਦੇਰ ਬਾਅਦ ਦਿੰਦੇ ਹੋ? ਪਾਣੀ ਇਹਨੂੰ ਆਪਣਾ ਗਰਮੀਆਂ ਦਾ ਜਿਹੜਾ ਨਾ ਜੀ ਉਹ ਆਪਣਾ 10 ਦਿਨ ਬਾਅਦ ਇਹਨੂੰ ਪਾਣੀ ਲਾਉਣਾ ਪੈਂਦਾ, ਹਫ਼ਤੇ 10 ਦਿਨ ਬਾਅਦ। ਅਤੇ ਸਰਦੀਆਂ ਦੇ ਵਿੱਚ? ਅਤੇ ਸਰਦੀਆਂ ਦੇ ਵਿੱਚ ਜਿਹੜਾ ਆ 20 ਦਿਨ ਬਾਅਦ ਵੀ ਪਾਣੀ ਲਾ ਜਾਵੇ ਤਾਂ ਕੋਈ ਮਸਲੇ ਵਾਲੀ ਗੱਲ ਨਹੀਂ। ਅਤੇ ਫਰਟੀਲਾਈਜ਼ਰ ਕਿਹੜਾ ਅਪਲਾਈ ਕਰਦੇ ਹੋ ਤੁਸੀਂ? ਉਹ ਆਪਣਾ ਜਿਹੜਾ ਜੀ ਨੈਟਰੋਫਾਸ ਅਤੇ DAP, ਅਤੇ ਜਦੋਂ ਇਹਨੂੰ ਫਲ ਲੱਗ ਜਾਂਦਾ ਆ ਤਾਂ ਉਦੋਂ ਫਿਰ ਇਹਦੀ ਮਿਠਾਸ ਵਾਸਤੇ ਜਿਹੜਾ ਨਾ ਜੀ ਉਹ ਪੋਟਾਸ਼ ਜਿਹੜੀ ਆ ਉਹ ਆਪਣਾ ਇਹਨੂੰ ਇਸਤੇਮਾਲ ਕਰਾਉਂਦੇ। ਅਤੇ ਹੋਰ ਸਪਰੇਅ ਕਿਹੜੀ ਹੁੰਦੀ ਆ? ਸਪਰੇਅ ਆਪਣਾ ਕੋਈ ਆਮ ਜਿਹੜੀ ਆ ਉਹ ਸਪਰੇਅ ਮਖਾਂ ਕਰ ਲਓ, ਜਿਹੜਾ ਫੂਡ ਫਲਾਈ ਜਿਹੜੀ ਆ ਨਾ ਉਹ ਗਰਮੀਆਂ ਨੂੰ ਜ਼ਿਆਦਾ ਅਟੈਕ ਕਰਦੀ ਹੈ ਇਹਦੇ 'ਤੇ, ਅਤੇ ਇਸ ਕਰਕੇ ਵੀ ਉਦੋਂ ਸਪਰੇਅ ਜ਼ਿਆਦਾ ਕਰਨੀ ਪੈਂਦੀ ਆ। ਅਤੇ ਉਸ ਤੋਂ ਇਲਾਵਾ ਇਹਨੂੰ ਕੋਈ ਬਿਮਾਰੀ ਨਹੀਂ ਆਉਂਦੀ ਫੂਡ ਫਲਾਈ ਤੋਂ ਇਲਾਵਾ। ਕਿਹੜੀ ਸਪਰੇਅ ਕੀਤੀ? ਸਪਰੇਅ ਜਿਹੜੀ ਆ ਉਹ ਆਪਣਾ ਮੈਲਾਥਾਨ
ਬਸ ਹੁਣ ਆਪਣਾ ਇੱਕ ਉਹ ਹੁੰਦੀ ਆ ਬੋਤਲਾਂ ਦੇ ਵਿੱਚ ਪੈਂਦੀ ਆ ਉਹ ਜਿਹਨੂੰ ਫੰਦਾ ਕਹਿੰਦੇ ਆ ਪੰਜਾਬੀ ਦੀ ਗੱਲ ਉਹ ਵੀ ਉਹਨੂੰ ਲਾਉਂਦੇ ਰਹੇ ਸਹੀ ਕਾ ਦੇਣਾ ਹੁੰਦਾ ਉਹ ਸਾਈਡਾਂ ਹਾਂ ਕਾਫੀ ਕੰਟਰੋਲ ਹੋ ਜਾਂਦੀ ਉਹਦੇ ਨਾਲ ਸਹੀ ਸਹੀ ਤੇ ਉਹ ਦੂਸਰਾ ਕਿਹੜੀ ਬਿਮਾਰੀ ਕਿਹੜੀ ਆਉਂਦੀ ਆ ਇਹਨੂੰ ਕਿਹੜਾ ਕੀੜਾ ਆ ਫੂਡ ਸਪਲਾਈ ਜਿਹੜੀ ਆ ਨਾ ਸਿਰਫ ਉਹ ਹੀ ਆਪਣਾ ਇਹਨੂੰ ਬਿਮਾਰੀ ਆਉਂਦੀ ਆ ਉਹ ਆਪਣਾ ਜਿਹੜਾ ਆ ਫਲ ਨੂੰ ਡੰਗ ਕਰਦੀ ਆ ਤੇ ਉਹਦੀ ਵਜ੍ਹਾ ਦੇ ਨਾਲ ਨਾ ਆਪਣਾ ਉਹਦੇ ਵਿੱਚ ਬੱਚੇ ਪੈਦਾ ਹੋ ਜਾਂਦੇ ਆ ਤੇ ਕੀੜਾ ਜਿਹੜਾ ਯਾਨੀ ਕਿ ਉਹਦੇ ਨਾਲ ਪੈ ਜਾਂਦਾ ਤੇ ਉਹ ਫਲ ਜਿਹੜਾ ਸਾਰਾ ਖਰਾਬ ਹੋ ਜਾਂਦਾ ਸਿਰਫ ਇਹਨੂੰ ਇੱਕ ਆਪਣੇ ਜਿਹੜੀ ਫੂਡ ਸਪਲਾਈ ਵਾਲੀ ਜਿਹੜੀ ਆ ਨਾ ਆਪਣਾ ਉਹ ਹੀ ਬਸ ਇਹਦੇ 'ਤੇ ਅਟੈਕ ਕਰਦੀ ਹੈ ਸਹੀ ਹੋਰ ਇਹਨੂੰ ਬਿਮਾਰੀ ਕੋਈ ਨਹੀਂ ਤੇ ਇਹਦੀ ਦੂਸਰਾ ਹਾਈਟ ਵਗੈਰਾ ਕਿ ਇਹ ਛੋਟਾ ਹੀ ਰਹਿੰਦਾ ਹੈ ਪਲਾਂਟ ਕਿੱਦਾਂ ਹਾਂਜੀ ਇਹ ਪਲਾਂਟ ਜਿਹੜਾ ਨਾ ਤਕਰੀਬਨ 5 ਤੋਂ 6 ਫੁੱਟ ਯਾਨੀ ਕਿ ਪਲਾਂਟ ਦੀ ਸਿਰਫ ਹਾਈਟ ਰੱਖਣੀ ਆ ਜੇ ਉਸ ਤੋਂ ਜ਼ਿਆਦਾ ਰੱਖਾਂਗੇ ਤਾਂ ਇਹ ਆਪਣਾ ਜੰਗਲ ਬਣ ਜਾਊਗਾ ਤੇ ਇਹਦੇ ਵਿੱਚ ਨਾ ਹਵਾ ਆਊਗੀ ਨਾ ਇਹਦੇ ਵਿੱਚ ਆਪਣਾ ਰੋਸ਼ਨੀ ਆਊਗੀ ਤੇ ਜਿਹਦੀ ਵਜ੍ਹਾ ਨਾਲ ਫਲ ਬਹੁਤ ਕੰਮ ਲੱਗਦਾ ਸਹੀ ਸਹੀ ਯਾਨੀ ਕਿ ਹਾਈਟ ਇਹਦੀ ਘੱਟ ਰੱਖਣੀ ਆ ਫੇਰ ਹੀ ਜ਼ਿਆਦਾ ਫਰੂਟ ਲੱਗਦਾ ਫੇਰ ਹੀ ਜ਼ਿਆਦਾ ਜਿਹੜਾ ਫਰੂਟ ਇਹਨੂੰ ਲੈਣਾ ਇਹਦੀ ਯਾਨੀ ਕਿ ਪਰੂਨਾ ਉਹਨੂੰ ਕਹਿੰਦੇ ਪਰੂਨਾ ਦੀ ਯਾਨੀ ਕਿ ਕਰਨੀ ਪੈਂਦੀ ਤੇ ਪਰ ਪਲਾਂਟ ਕਿੰਨਾ ਫਰੂਟ ਉੱਤਰ ਆਉਂਦਾ ਹੈ ਪਰ ਪਲਾਂਟ ਦੇਖੋ ਜੀ ਸਾਡਾ ਤਾਂ ਇਹ ਪਹਿਲਾ ਆਪਣਾ ਤਜਰਬਾ ਆ ਪਹਿਲਾ ਸਾਲ ਆ ਅਤੇ ਤਕਰੀਬਨ ਇਹ ਯਾਨੀ ਜਿਹੜਾ ਸਿਹਤਮੰਦ ਪੌਦਾ ਨਾ ਉਹ 15 ਤੋਂ 20 ਕਿਲੋ ਯਾਨੀ ਕਿ ਜਿਹੜਾ ਨਾ ਆਪਣਾ ਇੱਕ ਸੀਜ਼ਨ ਦਾ ਇਹਨੂੰ ਫਲ ਲੱਗਦਾ ਭਾਈ ਜਿਹੜਾ ਕੰਮ ਦੇ ਕੰਮ ਆ ਨਾ ਉਹ 30 ਤੋਂ 40 ਰੁਪਏ ਹੁੰਦਾ ਅਤੇ ਜ਼ਿਆਦਾ ਤੋਂ ਜ਼ਿਆਦਾ 100 ਰੁਪਏ ਜਿੱਥੇ ਤੱਕ ਯਾਨੀ ਕਿ ਆਪਣਾ ਜਿਹੜਾ ਨਾ ਇਹ ਸੇਲ ਹੋ ਜਾਂਦਾ ਅਤੇ ਇੱਕ ਏਕੜ ਜਿਹੜਾ ਆ ਇਹ ਤਕਰੀਬਨ 3 ਲੱਖ ਪਲੱਸ ਯਾਨੀ ਕਿ ਇੱਥੇ ਤੱਕ ਜਿਹੜਾ ਨਾ ਆਪਣਾ ਐਵਰੇਜ ਦੇ ਜਾਂਦਾ ਸੀਜ਼ਨ ਦੀ ਅਤੇ ਗੋਡੀ ਖਾਦ ਪਾਣੀ ਮਜ਼ਦੂਰੀ ਲੇਬਰ ਦੀ ਪਾ ਕੇ ਅਤੇ ਤਕਰੀਬਨ 30 ਤੋਂ 40 ਹਜ਼ਾਰ ਰੁਪਇਆ ਯਾਨੀ ਕਿ ਜਿਹੜਾ ਨਾ ਸੀਜ਼ਨ ਦਾ ਅਤੇ ਇੱਕ ਏਕੜ 'ਤੇ ਖਰਚਾ ਆ ਜਾਂਦਾ ਯਾਨੀ ਕਿ 30 ਤੋਂ 40 ਹਜ਼ਾਰ ਖਰਚਾ ਹੁੰਦਾ ਅਤੇ 3 ਲੱਖ ਪਲੱਸ ਜਿਹੜਾ ਨਾ ਉਹ ਪ੍ਰੋਫਿਟ ਹੋ ਜਾਂਦਾ ਹਾਂਜੀ ਅਤੇ ਤੁਸੀਂ ਇਸ ਚੀਜ਼ ਨੂੰ ਕਾਹਤੋਂ ਪ੍ਰੈਫਰ ਕੀਤਾ ਕਿ ਬਾਗ ਲਾਉਣੇ ਨੂੰ ਅਤੇ ਦੂਸਰਾ ਦੂਸਰੀਆਂ ਪਲਾਂਟੇਸ਼ਨ ਯਾਨੀ ਕਿ ਕਿੰਨੋ ਛਿੰਨੋ ਜਾਂ ਕ੍ਰੋਪ ਕਾਹਤੋਂ ਨਹੀਂ ਲਾਉਣੇ ਇਹ ਆਪਣਾ ਅਗਰ ਰਵਾਇਤੀ ਫਸਲਾਂ ਯਾਨੀ ਕਿ ਬੀਜ ਲਿਆਉਂਦੇ ਸੀਗੇ ਸਹੀ ਅਤੇ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਸੀਗੀ ਹਾਂਜੀ ਅਸੀਂ ਕਿਹਾ ਵੀ ਚਲੋ ਇਹਦੇ ਉੱਤੇ ਵੀ ਇੱਕ ਤਜਰਬਾ ਜਿਹੜਾ ਨਾ ਇਹਨਾਂ ਐਕਸਪੀਰੀਅੰਸ ਇਹਦੇ 'ਤੇ ਕਰਨਾ ਚਾਹੀਦਾ ਅਤੇ ਇਹ ਮੈਂ ਆਪਣਾ ਜੀ ਕੱਚੇ ਖੂਹ ਦੇ ਕੇ ਆਇਆ ਸੀਗਾ ਇਹ ਬਾਗ ਪਹਿਲਾਂ ਲੱਗਾ ਹੋਇਆ ਅਤੇ ਉੱਥੇ ਉਹਨਾਂ ਨੇ 4x4 'ਤੇ ਲਾ ਕੇ ਅਤੇ ਤਕਰੀਬਨ 1800 ਪੌਦਾ ਖੇਚ ਲਗਾ ਸੀਗਾ ਅਤੇ ਕੁਛ ਉਹਨਾਂ ਨੇ ਥੋੜ੍ਹਾ ਜਿਹਾ ਹਿੱਸਾ ਜਿਹੜਾ ਨਾ ਉਹ ਆਪਣਾ ਲਾਇਆ ਸੀਗਾ 8x4 'ਤੇ ਅਤੇ ਇਹ ਮੈਂ ਫਿਰ ਇਹਦੀ ਰਿਕਮੈਂਡੇਸ਼ਨ ਜਿਹੜੀ ਆ ਨਾ 8x4 ਵਾਲੀ ਯਾਨੀ ਕਿ ਉਹ ਕੀਤੀ ਆ ਵੀ ਇਹ ਜਿਹੜਾ ਨਾ 8x4 ਇਹ ਠੀਕ ਆ ਇਹਦੇ ਵਿੱਚ ਹਵਾ ਵੀ ਠੀਕ ਪੈਂਦੀ ਆ ਰੋਸ਼ਨੀ ਵੀ ਯਾਨੀ ਕਿ ਇਹਨੂੰ ਚਾਹੀਦੀ ਉਹ ਵੀ ਮਿਲਦੀ ਆ ਚਾਂਦੀ ਚਾਂਦਨੀ ਜਿਹੜੀ ਯਾਨੀ ਕਿ ਉਹ ਵੀ ਇਹਦੇ ਵਿੱਚ ਬੜਾ ਤਾਂ ਕਰਦਾਰ ਆ ਇੱਕ ਅਤੇ ਇਸ ਕਰਕੇ ਵੀ 8x4 ਜਿਹੜੀ ਰਿਕਮੈਂਡੇਸ਼ਨ ਇਹਦੀ ਅਸੀਂ ਆਪਣਾ ਕੀਤੀ ਇਹਦੀ 4x4 ਵਾਲਾ ਜਿਹੜਾ ਸੀ ਉਹਨੂੰ ਦੂਸਰਾ ਫਰੂਟ ਘੱਟ ਲੱਗਾ ਸੀਗਾ 4x4 ਵਾਲਾ ਜਿਹੜਾ ਨਹੀਂ ਉਹਨੂੰ ਫਰੂਟ ਉਹਨੂੰ ਬਿਲਕੁਲ ਠੀਕ ਲੱਗਾ ਸੀਗਾ ਉਹ 4x4 5 ਲਾਈਨਾਂ ਉਹ ਲਾ ਕੇ ਵਿੱਚੋਂ 10 ਫੁੱਟ ਦੀ ਉਹਨਾਂ ਨੇ ਸੜਕ ਛੱਡੀ ਸੀ ਟਰੈਕਟਰ ਦੇ ਨਾਲ ਯਾਨੀ ਕਿ ਸਪਰੇ ਕਰਨ ਵਾਸਤੇ ਸਹੀ ਸਹੀ ਅਤੇ ਉਹਦੇ ਵਿੱਚੋਂ ਵੀ ਯਾਨੀ ਕਿ 8x4 ਵਾਲਾ ਯਾਨੀ ਕਿ ਮੇਰੇ ਦਿਲ ਲੱਗਿਆ ਵੀ ਯਾਨੀ ਕਿ ਇਹ ਜਿਹੜਾ ਨਾ ਇੰਨਾ ਕੁ ਫਾਸਲਾ ਹੋਣਾ ਚਾਹੀਦਾ 4x4 ਤੋਂ ਬਹੁਤ ਕਲੋਜ਼ ਹੋ ਜਾਂਦਾ ਉਹਦੇ ਵਿੱਚ ਫਿਰ ਬੜੇ ਮਸਾਇਲ ਪੈਦਾ ਹੁੰਦੇ ਆ ਫੂਡ ਫਲਾਈ ਜਿਹੜੀ ਆ ਉਹ ਨਹੀਂ ਉਹਦੇ ਵਿੱਚੋਂ ਖਤਮ ਹੁੰਦੀ ਉਹ ਜਦੋਂ ਇੰਨੀ ਰੋਸ਼ਨੀ ਨਹੀਂ ਆਉਂਦੀ ਇੰਨੀ ਆਪਣਾ ਉਹਦੇ ਵਿੱਚ ਹਵਾ ਨਹੀਂ ਉਹਦੇ ਵਿੱਚ ਗੁਜ਼ਰ ਸਕਦੀ ਜਿਹੜੀ ਯਾਨੀ ਕਿ ਇਹਦੇ ਵਾਸਤੇ ਬਿਲਕੁਲ ਲਾਜ਼ਮੀ ਚੀਜ਼ ਆ ਚਲਣ ਦਿਆ ਅਤੇ ਦੂਸਰਾ ਆ ਯਾਨੀ ਕਿ ਨਿਕਲਣ ਦਿਆ ਇਹ ਆਪਣਾ ਅਪ੍ਰੈਲ ਮਈ ਤੱਕ ਯਾਨੀ ਕਿ ਜਾਣਾ ਆ ਇਹ ਇੱਥੋਂ ਬਣਨੇ ਤੋਂ ਫੁੱਲ ਆਉਣ ਤੋਂ ਤਾਂ 3 ਮਹੀਨੇ ਤੱਕ ਯਾਨੀ ਕਿ ਜਿਹੜਾ ਮਰੂਦ ਤਿਆਰ ਹੁੰਦਾ ਹੈ 3 ਮਹੀਨੇ ਬਾਅਦ ਨਾ ਮਰੂਦ ਯਾਨੀ ਕਿ ਫਲ ਬਿਲਕੁਲ ਇੱਦਾਂ ਤਿਆਰ ਹੋ ਜਾਂਦਾ ਹੈ 3 ਮਾਹ ਬਾਅਦ ਭਾਈ ਇੰਟਰਕ੍ਰੋਪਿੰਗ ਹੋ ਸਕਦੀ ਹਾਂਜੀ ਬਿਲਕੁਲ ਜ਼ਰੂਰ ਹੋ ਸਕਦੀ ਆ ਯਾਨੀ ਕਿ ਜਿਹੜੀਆਂ ਇਹਦੇ ਵਿੱਚ ਸਬਜ਼ੀਆਂ ਨਾ ਉਹ ਆਪਾਂ ਇਹਦੇ ਵਿੱਚ ਉਗਾ ਸਕਦੇ ਹਾਂ ਯਾਨੀ ਕਿ ਕੋਈ ਹਾਈਟ ਵਾਲੀ ਫਸਲ ਨਹੀਂ ਅਤੇ ਸਬਜ਼ੀਆਂ ਯਾਨੀ ਕਿ ਮਿਰਚਾਂ ਧਨੀਆ ਹੋ ਗਿਆ ਆਪਣਾ ਗਾਰਲਿਕ ਹੋ ਗਿਆ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਆਪਾਂ ਕਾਸ਼ਤ ਕਰ ਸਕਦੇ ਹਾਂ ਇਹਦੇ ਵਿੱਚ ਸਾਡੇ ਏਰੀਆ ਦੇ ਵਿੱਚ ਆਹ ਚੱਲ ਰਿਹਾ ਹੈ ਇੱਥੇ ਕਿੰਨੋ ਇੰਨਾ ਨਹੀਂ ਹੁੰਦਾ ਹਾਂ ਇਹ ਵੀ ਹੈ ਨਾ ਕਿੰਨੋ ਨਹੀਂ ਨਾ ਹੁੰਦਾ ਆਪਣੇ ਹਾਂਜੀ ਹਾਂਜੀ ਵਰਾਇਟੀ ਦਾ ਅਤੇ ਕਿਹੜੀ ਵਰਾਇਟੀ ਤੁਸੀਂ ਇੱਕ ਹੁੰਦੀ ਹੋਰ ਵੀ ਹੁੰਦੀ ਆ ਸਰਾਈ ਤੁਸੀਂ ਇਹ ਪ੍ਰੈਫਰ ਕਰੋਗੇ ਜਾਂ ਸਰਾਈ ਦੂਸਰਾ ਨਹੀਂ ਆਪਣਾ ਜਿਹੜਾ ਨਾ ਜਿਹੜੀ ਨਵੀਂ ਚੀਜ਼ ਪਾਉਣੀ ਚਾਹੀਦੀ ਹੈ ਨਾ ਮਾਰਕੀਟ ਦੇ ਵਿੱਚ ਉਹ ਬੰਦੇ ਨੂੰ ਆਪਣਾ ਉਹ ਜਿਹੜੀ ਟਰਾਈ ਕਰਨੀ ਚਾਹੀਦੀ ਆ ਇਹ ਸਾਰਾ ਸਾਲ ਯਾਨੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਿਰਫ ਯਾਨੀ ਕਿ 2 ਮਹੀਨੇ ਦਾ ਫਲ ਨਹੀਂ ਇਹਨੂੰ ਲੱਗਦਾ 2 ਮਹੀਨੇ ਖਾਲੀ ਰਹਿੰਦਾ ਹੈ ਤਾਂ ਬਾਕੀ ਸਾਰਾ ਸਾਲ ਹੀ ਇਹਨੂੰ ਯਾਨੀ ਕਿ ਸਾਰਾ ਸੀਜ਼ਨ ਹੀ ਇਹਨੂੰ ਫਲ ਲੱਗਦਾ ਹੈ ਅਤੇ ਬੜੀ ਅੱਛੀ ਇਹ ਵਰਾਇਟੀ ਆ ਆਪਣਾ ਜਿਹੜੀ ਆ ਅਤੇ ਦੂਸਰੀ ਗੱਲ ਆਪਣਾ ਇਹ ਆ ਵੀ ਪਹਿਲਾਂ ਤੁਸੀਂ ਦੇਖ ਲਓ ਵੀ ਰਵਾਇਤੀ ਯਾਨੀ ਕਿ ਹੁੰਦੀ ਸੀਗੀ ਵੀ 100 ਤੋਂ 150 ਪੌਦਾ ਯਾਨੀ ਕਿ ਇੱਕ ਆਪਣਾ ਖੇਤ ਦੇ ਵਿੱਚ ਲੱਗਦਾ ਸੀ ਮਰੂਦ ਦਾ
ਅਤੇ ਇਹ ਹਾਈ ਡੈਂਸੀ ਯਾਨੀ ਕਿ ਨਵੀਂ ਚੀਜ਼ ਇਹ ਆਪਣਾ ਆਈ ਆ, ਇਹ 1800 ਤੋਂ ਲੱਗ ਕੇ ਤਾਂ 2200 ਤੀਕਰ ਯਾਨੀ ਕਿ ਜਿਹੜਾ ਪੌਦਾ ਨਾ ਆਪਣਾ ਇਹ ਖੇਤ ਦੇ ਵਿੱਚ ਲੱਗਦਾ। ਇਹ ਤੁਸੀਂ ਦੇਖ ਲਓ ਵੀ ਜਿੰਨੇ ਪੌਦੇ ਜ਼ਿਆਦਾ ਹੋਣਗੇ ਉਨਾ ਹੀ ਮਤਲਬ ਜ਼ਿਆਦਾ ਫਲ ਲੱਗੇਗਾ, ਉਨਾ ਹੀ ਜ਼ਿਆਦਾ ਪ੍ਰੋਫਿਟ ਇਹਦਾ ਹੋਊਗਾ। ਹਾਂਜੀ, ਅਤੇ ਉਸਮਾਨ ਭਾਈ ਤੁਸੀਂ ਕੀ ਰਿਕਮੈਂਡ ਕਰੋਗੇ ਆਵਾਮ ਨੂੰ ਕਿ ਕਿਹੜੀ ਵਰਾਇਟੀ ਲਾਈ ਜਾਵੇ, ਅਤੇ ਦੂਸਰਾ ਇਹ ਕੀ ਪ੍ਰੋਫਿਟੇਬਲ ਬਿਜ਼ਨਸ ਆ ਜਾਂ ਕਿੱਦਾਂ, ਥੋੜ੍ਹਾ ਜਿਹਾ ਦੱਸੋ। ਹਾਂਜੀ, ਇਹ ਜਨਾਬ ਜਿਹੜਾ ਨਾ ਆਪਣਾ ਸਾਡੇ ਤਜਰਬੇ ਦੇ ਹਿਸਾਬ ਦੇ ਨਾਲ ਤਾਂ ਇਹ ਬਿਲਕੁਲ ਬੜਾ ਅੱਛਾ, ਇਹ ਆਪਣਾ ਤੁਸੀਂ ਕਹਿ ਲਓ ਇੱਕ ਬਿਜ਼ਨਸ ਆ। ਅਤੇ ਆਪਣਾ ਰਵਾਇਤੀ ਫਸਲਾਂ ਜਿਹੜੀਆਂ ਇੱਕ ਹੀ ਆਪਾਂ ਬੀਜੀ ਆਉਣ ਲਏ ਹਾਂ ਉਹਨੂੰ ਛੱਡ ਕੇ, ਤੁਸੀਂ ਇਹ ਦੇਖੋ ਵੀ 3 ਤੋਂ 4 ਲੱਖ ਰੁਪਇਆ ਯਾਨੀ ਕਿ ਜਿਹੜਾ ਨਾ ਉਹ ਆਪਣਾ ਕੋਈ ਫਸਲ ਵੀ ਹੋਰ ਜਾ ਯਾਨੀ ਕਿ ਨਹੀਂ ਆਪਣਾ ਬਚਤ ਨਹੀਂ ਉਹਦੇ ਵਿੱਚ ਆਉਂਦੀ। ਅਤੇ ਇਹ ਆਪਣਾ ਗਾਰਡਨਿੰਗ ਜਿਹੜੀ ਇਹ ਲਾਜ਼ਮੀ ਕਰਨੀ ਚਾਹੀਦੀ ਆ। ਇੱਕ ਤੁਸੀਂ ਮਿਸਾਲ ਲੈ ਲਓ ਵੀ ਯਾਨੀ ਕਿ ਤੁਹਾਡੇ ਕੋਲ ਆਪਣਾ 6 ਖੇਤ ਆ ਨਾ, ਉਹਦੇ ਵਿੱਚੋਂ ਯਾਨੀ ਕਿ 2 ਤੋਂ 2.5 ਖੇਤ ਤੁਹਾਨੂੰ ਲਾਜ਼ਮੀ ਗਾਰਡਨਿੰਗ ਕਰਨੀ ਚਾਹੀਦੀ ਹੈ। ਉਹ ਗਾਵਾ ਦੀ ਅਮਰੂਦ ਦੀ ਹੋ ਜਾਏ, ਉਹ ਆਪਣਾ ਕਿੰਨੂ ਦੀ ਹੋ ਜਾਏ, ਉਹ ਲਿੰਬੂ ਦੀ ਹੋ ਜਾਏ, ਯਾਨੀ ਕਿ ਕੋਈ ਨਾ ਕੋਈ ਹੋਣੀ ਚਾਹੀਦੀ ਹੈ ਇੱਦਾਂ ਦੀ, ਯਾਨੀ ਕਿ ਜਿਹੜਾ ਨਾ 1 ਸਾਲ ਯਾਨੀ ਕਿ ਬੰਦੇ ਨੂੰ ਪਤਾ ਹੋਣਾ ਚਾਹੀਦਾ ਮੈਨੂੰ ਇਸ ਚੀਜ਼ ਦੇ ਵਿੱਚ ਯਾਨੀ ਕਿ ਪ੍ਰੋਫਿਟ ਆਉਣਾ ਹੀ ਆਉਣਾ ਦੂਸਰੀ ਫਸਲ ਤੋਂ ਇਲਾਵਾ, ਯਾਨੀ ਕਿ ਇੰਨੇ ਕੁ ਬੰਦੇ ਨੂੰ ਆਪਣਾ ਨਾ ਇਹ ਹੋਣਾ ਚਾਹੀਦਾ। ਅਤੇ ਮਾਸ਼ਾਅੱਲਾ ਸਾਡਾ ਤਾਂ ਬੜਾ ਅੱਛਾ ਤਜਰਬਾ ਰਿਹਾ ਆ, ਅਸੀਂ ਤਜਰਬੇ ਤੌਰ 'ਤੇ ਲਾਇਆ ਸੀ, ਇਨਸ਼ਾਅੱਲਾ ਅਸੀਂ ਅੱਗੇ ਹੋਰ ਵੀ ਯਾਨੀ ਕਿ ਆਪਣਾ ਜਿਹੜਾ ਨਾ ਇਹਨੂੰ ਗਾਹ ਵਧਾਵਾਂਗੇ, ਇਹਨੂੰ ਹੋਰ ਲਾਵਾਂਗੇ ਬਾਗ ਜਿਹੜਾ ਅਮਰੂਦ ਦਾ। ओके जी, तो मेन इन्फॉर्मेशन तो इसमें रह गई है कि इसका जो है पर प्लांट आपको कितना ख़र्चा पड़ता है। तो ये है तकरीबन 30 रुपए का पड़ेगा आपको, यानी कि उधर से लाकर किराया शराया सारा कुछ मिला के इसको प्लांटेशन यानी कि लगाने तक 30 रुपए यानी कि 42,000 तकरीबन बनता है यानी कि एक एकड़ का। तो एक और चीज़ एड्रेस, तो इनका एड्रेस है जी 196 GB अड्डा मरीदवाला, तहसील समुंदरी, डिस्ट्रिक्ट फैसलाबाद। और इनका राबता नंबर है 03349798950। ओके जी, तो ओके जी व्यूअर्स, तो आज की वीडियो एंड करते हैं। इफ यू लाइक द वीडियो then subscribe my channel and must share this video. Okay, अगर आपको किसी भी तरह की मालूमात इसके बारे में चाहिए तो आप कमेंट सेक्शन में बताएं, नहीं तो जो आपको रابطہ नंबर दिया है आप उस पर رابطہ कर सकते हैं। ओके, अल्लाह हाफिज़।